ਨੌਜਵਾਨਾਂ ਨੇ ਕਾਰ ਦੀ ਛੱਤ ਤੇ ਬਣਾਇਆ ਹੁੱਕਾਬਾਰ। ਪੂਰੇ ਸ਼ਹਿਰ 'ਚ ਇਹ ਹਵਾਬਾਜ਼ ਮਾਰ ਰਹੇ ਗੇੜੀਆਂ ਦਿੱਲੀ ਨੰਬਰ ਗੱਡੀ ਹੋ ਗਈ ਵਾਇਰਲ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਤੋਂ ਜੁਰਮਾਨਾ ਵੀ ਭੁਗਤਿਆ ਜਾਵੇਗਾ। ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਸੀਆਂ ਜਿਹੜੀਆਂ ਹੈਰਾਨ ਕਰ ਦੇਣਗੀਆਂ। ਤੁਸੀਂ ਸਟੰਟ ਕਰਦੇ ਨੌਜਵਾਨ ਜ਼ਰੂਰ ਦੇਖੇ ਹੋਣੇ, ਬਾਰੀ ਦੇ ਵਿੱਚੋਂ ਬਾਹਰ ਨਿਕਲਦੇ ਨੇ, ਗੱਡੀਆਂ ਦੇ ਟਾਇਰ ਘਸਾਉਂਦੇ ਨੇ, ਪਰ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਏ ਕਿ ਹੁੱਕਾ ਹੀ ਦੇਖੋ ਕਿਵੇਂ ਸੇਠਾਂ ਵਾਂਗ ਬੈਠਾ ਏ ਗੱਡੀ ਦੇ ਉੱਤੇ। ਇਸ ਨੂੰ ਲੱਗ ਰਿਹਾ ਹੈ ਕਿ ਇਸਦੀ ਟੌਰ ਬਣ ਰਹੀ ਹੈ, ਪਰ ਇਸਨੂੰ ਇਹ ਨਹੀਂ ਪਤਾ ਕਿ ਟੌਰ ਦੇ ਨਾਲ ਨਾਲ ਵੀਡੀਓ ਵੀ ਬਣ ਰਹੀ ਹੈ ਜੋ ਸੋਸ਼ਲ ਮੀਡੀਆ ਤੇ ਪੈ ਗਈ ਹੈ, ਤੇ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਇਹ ਦੋਨੇ ਨੌਜਵਾਨ ਰਾਹ 'ਚ ਗੱਡੀ ਰੋਕ ਕੇ ਜਿਹੜਾ ਹੁੱਕਾ ਛੱਤ ਦੇ ਉੱਤੇ ਰੱਖਿਆ ਹੁੰਦਾ ਉਹ ਬੈਠ ਕੇ ਪੀਂਦੇ ਨੇ ਗੱਡੀ ਉੱਤੇ, ਬਾਅਦ ਦੇ ਵਿੱਚ ਪੁਲਿਸ ਦਾ ਸਾਇਰਨ ਸੁਣਦੇ ਨੇ। ਪੁਲਿਸ ਦਾ ਸਾਇਰਨ ਸੁਣਦੇ ਹੀ ਇੱਕ ਜਿਹੜਾ ਨੌਜਵਾਨ ਇਹਨਾਂ ਦੇ ਵਿੱਚੋਂ ਛਾਲ ਮਾਰ ਕੇ ਗੱਡੀ ਤੋਂ ਹੇਠਾਂ ਉਤਰਦਾ ਹੈ ਅਤੇ ਗੱਡੀ 'ਚ ਬੈਠ ਗੱਡੀ ਨੂੰ ਤੋਰਨ ਲੱਗ ਜਾਂਦਾ ਹੈ। ਪਰ ਜਿਹੜਾ ਦੂਜਾ ਹਵਾਬਾਜ਼ ਹੈ ਉਹ ਦੇਖੋ ਉਹ ਟਸ ਤੋਂ ਮਸ ਨਹੀਂ ਹੋਇਆ, ਉੱਪਰ ਹੀ ਬੈਠਾ ਹੋਇਆ, ਉੱਪਰ ਹੀ ਬੈਠ ਛੱਲੇ ਬਣਾਈ ਜਾਂਦਾ, ਹੁੱਕੇ ਹੁੱਕਾ ਖਿੱਚੀ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਸਟੇਟ ਹਾਈਵੇ ਦੇ ਉੱਤੇ, ਮੇਨ ਹਾਈਵੇ ਦੇ ਉੱਤੇ ਇਹ ਹਰਕਤਾਂ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਗੱਡੀ ਨੰਬਰ ਜਿਹੜਾ ਕਿ ਵੀਡੀਓ ਦੇ ਵਿੱਚ ਦਿਖਿਆ, ਪੁਲਿਸ ਨੇ ਉਸ 'ਤੇ ਕਾਰਵਾਈ ਕੀਤੀ ਹੈ, ਦੋਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਅਜਿਹੇ ਨੌਜਵਾਨ ਸਮਾਜ ਦੇ ਲਈ ਖਤਰਾ ਨੇ, ਕਿਉਂਕਿ ਆਪਣੀ ਹਵਾਬਾਜ਼ੀ ਦੇ ਚੱਕਰ 'ਚ, ਆਪਣੀ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦੇ ਚੱਕਰ 'ਚ ਦੂਜੇ ਦੀ ਜਾਨ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹ ਮੇਨ ਸੜਕ ਹੈ, ਐਸੀਆਂ ਹਰਕਤਾਂ ਕਰ ਰਹੇ ਨੇ। ਹੁੱਕੇ ਦੇ ਵਿੱਚ ਅੱਗ ਲੱਗੀ ਹੁੰਦੀ ਹੈ, ਜੇ ਕਿਧਰੇ ਇੱਕ ਚਿੰਗਿਆੜੀ ਇਹਨਾਂ ਦੀ ਗੱਡੀ ਜਾਂ ਫਿਰ ਕਿਸੇ ਹੋਰ ਦੀ ਗੱਡੀ 'ਚ ਪੈ ਜਾਵੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲ ਕੀ ਹੋਵੇਗਾ। ਤਾਂ ਕਮੈਂਟ ਕਰਕੇ ਦੱਸੋ ਇਹਨਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ, ਕੀ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਤੁਹਾਡੇ ਮੁਤਾਬਕ ਅਜਿਹੀਆਂ ਹਰਕਤਾਂ ਕਿਵੇਂ ਰੋਕੀਆਂ ਜਾ ਸਕਦੀਆਂ ਨੇ, ਕਿਉਂਕਿ ਆਏ ਦਿਨ ਦੀਆਂ ਵੀਡੀਓ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਅਤੇ ਤੁਹਾਡੇ ਮੁਤਾਬਕ ਕਿਹੜਾ ਹੱਲ ਕੱਢਿਆ ਜਾਵੇ ਕਿ ਤਾਂ ਕਿ ਜਿਹੜੇ ਨੌਜਵਾਨ ਨੇ ਐਸੀਆਂ ਹਵਾਬਾਜ਼ੀਆਂ ਤੋਂ ਦੂਰ ਰਹਿਣ। ਨੌਜਵਾਨਾਂ ਨੇ ਕਾਰ ਦੀ ਛੱਤ ਤੇ ਬਣਾਇਆ ਹੁੱਕਾਬਾਰ। ਪੂਰੇ ਸ਼ਹਿਰ 'ਚ ਇਹ ਹਵਾਬਾਜ਼ ਮਾਰ ਰਹੇ ਗੇੜੀਆਂ ਦਿੱਲੀ ਨੰਬਰ ਗੱਡੀ ਹੋ ਗਈ ਵਾਇਰਲ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਤੋਂ ਜੁਰਮਾਨਾ ਵੀ ਭੁਗਤਿਆ ਜਾਵੇਗਾ। ਦੱਸ ਦਈਏ ਕਿ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਐਸੀਆਂ ਜਿਹੜੀਆਂ ਹੈਰਾਨ ਕਰ ਦੇਣਗੀਆਂ। ਤੁਸੀਂ ਸਟੰਟ ਕਰਦੇ ਨੌਜਵਾਨ ਜ਼ਰੂਰ ਦੇਖੇ ਹੋਣੇ, ਬਾਰੀ ਦੇ ਵਿੱਚੋਂ ਬਾਹਰ ਨਿਕਲਦੇ ਨੇ, ਗੱਡੀਆਂ ਦੇ ਟਾਇਰ ਘਸਾਉਂਦੇ ਨੇ, ਪਰ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਏ ਕਿ ਹੁੱਕਾ ਹੀ ਦੇਖੋ ਕਿਵੇਂ ਸੇਠਾਂ ਵਾਂਗ ਬੈਠਾ ਏ ਗੱਡੀ ਦੇ ਉੱਤੇ। ਇਸ ਨੂੰ ਲੱਗ ਰਿਹਾ ਹੈ ਕਿ ਇਸਦੀ ਟੌਰ ਬਣ ਰਹੀ ਹੈ, ਪਰ ਇਸਨੂੰ ਇਹ ਨਹੀਂ ਪਤਾ ਕਿ ਟੌਰ ਦੇ ਨਾਲ ਨਾਲ ਵੀਡੀਓ ਵੀ ਬਣ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਪੈ ਗਈ ਹੈ, ਅਤੇ ਹੁਣ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਗਈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਇਹ ਦੋਨੇ ਨੌਜਵਾਨ ਰਾਹ 'ਚ ਗੱਡੀ ਰੋਕ ਕੇ ਜਿਹੜਾ ਹੁੱਕਾ ਛੱਤ ਦੇ ਉੱਤੇ ਰੱਖਿਆ ਹੁੰਦਾ ਉਹ ਬੈਠ ਕੇ ਪੀਂਦੇ ਨੇ ਗੱਡੀ ਉੱਤੇ, ਬਾਅਦ ਦੇ ਵਿੱਚ ਪੁਲਿਸ ਦਾ ਸਾਇਰਨ ਸੁਣਦੇ ਨੇ। ਪੁਲਿਸ ਦਾ ਸਾਇਰਨ ਸੁਣਦੇ ਹੀ ਇੱਕ ਜਿਹੜਾ ਨੌਜਵਾਨ ਇਹਨਾਂ ਦੇ ਵਿੱਚੋਂ ਛਾਲ ਮਾਰ ਕੇ ਗੱਡੀ ਤੋਂ ਹੇਠਾਂ ਉਤਰਦਾ ਹੈ ਅਤੇ ਗੱਡੀ 'ਚ ਬੈਠ ਗੱਡੀ ਨੂੰ ਤੋਰਨ ਲੱਗ ਜਾਂਦਾ ਹੈ। ਪਰ ਜਿਹੜਾ ਦੂਜਾ ਹਵਾਬਾਜ਼ ਹੈ ਉਹ ਦੇਖੋ ਉਹ ਟਸ ਤੋਂ ਮਸ ਨਹੀਂ ਹੋਇਆ, ਉੱਪਰ ਹੀ ਬੈਠਾ ਹੋਇਆ, ਉੱਪਰ ਹੀ ਬੈਠ ਛੱਲੇ ਬਣਾਈ ਜਾਂਦਾ, ਹੁੱਕੇ
ਹੁੱਕਾ ਖਿੱਚੀ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਸਟੇਟ ਹਾਈਵੇ ਦੇ ਉੱਤੇ, ਮੇਨ ਹਾਈਵੇ ਦੇ ਉੱਤੇ ਇਹ ਹਰਕਤਾਂ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਗੱਡੀ ਨੰਬਰ ਜਿਹੜਾ ਕਿ ਵੀਡੀਓ ਦੇ ਵਿੱਚ ਦਿਖਿਆ, ਪੁਲਿਸ ਨੇ ਉਸ 'ਤੇ ਕਾਰਵਾਈ ਕੀਤੀ ਹੈ, ਦੋਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਅਜਿਹੇ ਨੌਜਵਾਨ ਸਮਾਜ ਦੇ ਲਈ ਖਤਰਾ ਨੇ, ਕਿਉਂਕਿ ਆਪਣੀ ਹਵਾਬਾਜ਼ੀ ਦੇ ਚੱਕਰ 'ਚ, ਆਪਣੀ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦੇ ਚੱਕਰ 'ਚ ਦੂਜੇ ਦੀ ਜਾਨ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਇਹ ਮੇਨ ਸੜਕ ਹੈ, ਐਸੀਆਂ ਹਰਕਤਾਂ ਕਰ ਰਹੇ ਨੇ। ਹੁੱਕੇ ਦੇ ਵਿੱਚ ਅੱਗ ਲੱਗੀ ਹੁੰਦੀ ਹੈ, ਜੇ ਕਿਧਰੇ ਇੱਕ ਚਿੰਗਿਆੜੀ ਇਹਨਾਂ ਦੀ ਗੱਡੀ ਜਾਂ ਫਿਰ ਕਿਸੇ ਹੋਰ ਦੀ ਗੱਡੀ 'ਚ ਪੈ ਜਾਵੇ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲ ਕੀ ਹੋਵੇਗਾ। ਤਾਂ ਕਮੈਂਟ ਕਰਕੇ ਦੱਸੋ ਇਹਨਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ, ਕੀ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਤੁਹਾਡੇ ਮੁਤਾਬਕ ਅਜਿਹੀਆਂ ਹਰਕਤਾਂ ਕਿਵੇਂ ਰੋਕੀਆਂ ਜਾ ਸਕਦੀਆਂ ਨੇ, ਕਿਉਂਕਿ ਆਏ ਦਿਨ ਦੀਆਂ ਵੀਡੀਓ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਅਤੇ ਤੁਹਾਡੇ ਮੁਤਾਬਕ ਕਿਹੜਾ ਹੱਲ ਕੱਢਿਆ ਜਾਵੇ ਕਿ ਤਾਂ ਕਿ ਜਿਹੜੇ ਨੌਜਵਾਨ ਨੇ ਐਸੀਆਂ ਹਵਾਬਾਜ਼ੀਆਂ ਤੋਂ ਦੂਰ ਰਹਿਣ।